ਇਹ ਜੀ ਇਹ ਇਹ ਅੱਲਾ ਤੁਹਾਡਾ ਭੱਲਾ ਕਰੇ। ਤੁਰਕੀ ਦਾ ਅਤੇ ਯੂਨਾਨ ਦਾ ਜਿਹੜਾ ਜੇ ਐਮੀਗ੍ਰੇਸ਼ਨ ਜੇ ਹੈ ਸਾਹਮਣੇ, ਯੂਨਾਨ ਦਾ ਐਮੀਗ੍ਰੇਸ਼ਨ ਜੇ ਦੁਨੀਆ ਵੇਖੋ ਹੈ ਅਤੇ ਕੁਝ ਵੀ ਨਹੀਂ ਹੈ ਪਿੱਛੇ, ਜੰਗਲਾਂ 'ਚ ਇਤਨੀ ਕੁ ਵਾਮ ਹੈ ਕੋਈ ਹਿਸਾਬ ਹੀ ਨਹੀਂ ਹੈ, ਅਤੇ ਕੋਈ ਸਮਝ ਨਹੀਂ ਆ ਰਹੀ, ਕੋਈ ਵਾਰ ਜਵਾਬ ਨਹੀਂ ਦੇ ਰਹੀ, ਕੋਈ ਵੇਖੋ ਹੁਣ ਕੀ ਬਣਦਾ। ਦੁਨੀਆ ਬਹੁਤ ਜ਼ਿਆਦਾ ਇੱਥੇ, ਅਤੇ ਸੂਰੀਆ ਅਫਗਾਨੀ ਫੈਮਲੀਆਂ ਇੱਥੇ ਬਹੁਤ ਜ਼ਿਆਦਾ, ਇਰਾਨੀ ਪਾਕਿਸਤਾਨੀ ਕਾਲਿਆਂ ਦੀ ਅਫਸ਼ਿਆਂ ਦੀ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ। ਸਾਹਮਣੇ ਪਰਲੀ ਸਾਈਡ ਦੇ ਐਮੀਗ੍ਰੇਸ਼ਨ ਦੇ ਕੋਲ ਉਹਨਾਂ ਦੀ ਫੌਜ ਖਲੀ ਹੈ, ਬਾਰਡਰਾਂ ਦੇ ਉਹਨਾਂ ਦੀ ਫੌਜ ਤਾਇਨਾਤ ਹੋ ਗਈ ਬਹੁਤ ਜ਼ਿਆਦਾ, ਜਰਮਨੀ ਨੇ ਆਪਣੀ ਫੌਜ ਭੇਜੀ ਇੱਥੇ। ਹਮਜ਼ਾ ਭਾਈ ਜਨਾ ਅਸੀਂ ਯੂਰਪ ਜਾਣਾ ਜਨਾ।